ਜੇ ਉਹ ਮਾਂ ਦਾ ਪੁੱਤ ਸੀ ਤੇ ਉਹਦੀ FIR ਵੀ ਦਰਜ ਨਹੀਂ ਹੋਈ, ਤੁਹਾਡੀ ਸਰਕਾਰ ਨੇ ਮਾਰਿਆ, ਕਿਉਂ ਮਾਰਿਆ, ਸਾਨੂੰ ਇਹ ਗੱਲ ਦਾ ਜਵਾਬ ਦਿਓ। ਦੇਖੋ ਮੈਂ ਜਵਾਬ ਤੁਹਾਨੂੰ ਇਹ ਦਊਂਗੀ, ਉਹ ਵੀ ਬੇਟਾ ਆ, ਉਹ ਵੀ ਇੱਕ ਮਾਂ ਆ, ਪਰ ਮੈਂ ਨਵੀਂ ਆ। ਨਹੀਂ ਇਹ ਨਹੀਂ ਗੱਲ, ਨਵੀਂ ਵਾਲੀ ਗੱਲ ਨਹੀਂ ਮੈਡਮ, ਗੋਲ ਮੋਲ ਨਹੀਂ, ਸਿੱਧਾ ਜਵਾਬ ਦਿਓ, ਅਸੀਂ ਇਹ ਗੱਲ ਨਹੀਂ ਕਰਨੀ। ਨਾ ਨਾ ਨਾ, ਇਹ ਮੈਡਮ ਇਹ ਜਵਾਬ ਨਹੀਂ, ਤੁਹਾਡਾ ਘਰ ਵਾਲਾ ਸੋਮ ਪ੍ਰਕਾਸ਼ ਜੀ ਆ, ਉਹ ਵਿੱਚ ਬਹਿ ਕੇ ਸੰਸਦ ਦੇ, ਉਹਨਾਂ ਨੇ ਜਿਹੜੇ ਆ ਮਤਲਬ ਉਹ ਮਾਰਿਆ ਗਿਆ ਸਾਡਾ ਸ਼ਹੀਦ ਹੋਇਆ ਸਿੰਘ, ਉਹਦੀ ਕਾਰਨ ਕਿੱਥੇ ਲਿਆ ਬਿਆਨ, ਮੈਨੂੰ ਦੱਸੋ ਨਾ ਕਿੱਥੇ, ਨਹੀਂ ਕਿਹੜਾ ਬਿਆਨ ਦਿੱਤਾ ਮੈਨੂੰ ਦੱਸੋ, ਕਿਹੜਾ ਇੱਕ ਬਿਆਨ ਦੱਸ ਦਿਓ। ਕਿਸਾਨੀ ਮੁੱਦੇ ਤੇ ਉਹਨਾਂ ਨੇ ਪੂਰਾ ਸਾਥ ਦਿੱਤਾ, ਤੁਹਾਡਾ ਹਰ ਹਾਲਾਤ ਜਿਹੜਾ ਸਾਥ ਦਿੱਤਾ, ਜਦੋਂ ਉੱਥੇ ਮੀਟਿੰਗ ਹੋ ਰਹੀ ਬੈਠੇ ਸੀ ਸਾਰਿਆਂ ਚ ਸਾਥ ਦਿੱਤਾ। ਦੇਖੋ ਜਿੰਨੀਆਂ ਮੀਟਿੰਗਾਂ ਹੋ ਰਹੀਆਂ ਇੱਕ ਵਾਰੀ ਨਹੀਂ ਵਿੱਚ ਕਦੀ ਬੋਲੇ, ਕਿਸੇ ਮੀਟਿੰਗ ਦੀ ਦੱਸ ਦਿਓ ਤੁਸੀਂ, ਦੱਸ ਦਿਓ ਇੱਕ ਵਾਰੀ ਨਹੀਂ ਬੋਲੇ, ਇਹ ਉੱਥੇ ਦਾ ਮਸਲਾ। ਦੇਖੋ ਇੱਕ ਵਾਰੀ ਉਹਨਾਂ ਨੇ ਬੈਠ ਕੇ ਸਾਰਿਆਂ ਨਾਲ ਕੀਤੀ, ਜਦੋਂ ਬੋਲਣਾ ਹੁੰਦਾ ਉਦੋਂ ਉੱਪਰਲੀ ਸੀਨੀਅਰ ਲੀਡਰਸ਼ਿਪ ਨੇ ਬੋਲਣਾ ਹੁੰਦਾ, ਜੇ ਭਰਾਵਾਂ ਦੇ ਭਰਾਵਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ, ਡੰਡੇ ਮਾਰੇ ਜਾਂਦੇ, ਫਿਰ ਉਹ ਬਾਰਡਰ ਕਿਉਂ ਬਣਾਏ ਆਪਣੇ? ਇਹ ਪੈਰ ਤੁਹਾਡੇ ਨਾਲ ਵਾਹਿਗੁਰੂ ਅੱਗੇ ਅਰਦਾਸ ਕਰੋ, ਇਹ ਭੈਣ ਹਮੇਸ਼ਾ ਤੁਹਾਡੇ ਨਾਲ ਤੁਹਾਨੂੰ ਖੜੀ ਮਿਲੂਗੀ। ਕੋਈ ਵਿਸ਼ਵਾਸ ਨਹੀਂ ਜੀ, ਭੈਣ ਜੀ ਕੋਈ ਵਿਸ਼ਵਾਸ ਨਹੀਂ, ਬਿਲਕੁਲ ਨਹੀਂ ਭਾਈ, ਬਿਲਕੁਲ ਇਹਨਾਂ ਵਿਸ਼ਵਾਸ ਨਹੀਂ। ਇੱਕ ਵਾਰ ਆਪ ਗੱਲ ਦਾ ਜਵਾਬ ਦਿਓ, ਇੱਕ ਮਿੰਟ ਜੀ। ਹਾਂਜੀ, ਆਪਾਂ ਦੇਸ਼ ਡੈਮੋਕ੍ਰੇਸੀ ਆ ਜੀ, ਬਿਲਕੁਲ ਸੰਵਿਧਾਨ ਦੇ ਮੁਤਾਬਕ ਚੱਲ ਰਿਹਾ ਵਾ, ਤੇ ਸਾਨੂੰ ਰਾਹ ਕਿਉਂ ਰੋਕਿਆ, ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ, ਉੱਥੇ ਕਿਲੇ ਕਿਉਂ ਕੱਢੇ, ਕੀ ਗੱਲ, ਅਸੀਂ ਪਾਕਿਸਤਾਨੀ, ਅਸੀਂ ਅੱਤਵਾਦੀ, ਵੱਖਵਾਦੀ ਆ, ਜਵਾਬ ਦਿਓ, ਕਿੱਥੇ ਆ ਡੈਮੋਕ੍ਰੇਸੀ? ਡੈਮੋਕ੍ਰੇਸੀ ਬਹੁਤ ਵਧੀਆ ਗੱਲ, ਕੁਛ ਵੀ ਨਹੀਂ, ਮੇਰੇ ਕਿਸਾਨ ਵੀਰ ਹੈ, ਮੇਰੇ ਬੇਟੇ ਆ, ਉਹਨਾਂ ਦੇ ਹਰ ਦੁੱਖ ਸੁੱਖ ਦੀ ਮੈਂ ਸਾਂਝੀ ਹਾਂ, ਔਰ ਅੱਗੇ ਵਾਸਤੇ ਵੀ ਦੇਖੂੰਗੀ। ਕਿਸ ਤਰ੍ਹਾਂ ਦੇ ਸਵਾਲ ਉਹਨਾਂ ਵੱਲੋਂ ਕੀਤੇ ਗਏ ਜੀ? ਦੇਖੋ ਉਹਨਾਂ ਨੇ ਜਿਹੜੇ ਸਵਾਲ ਕੀਤੇ, ਮੈਂ ਇੱਕ ਨਵਾਂ ਕੈਂਡੀਡੇਟ ਹਾਂ, ਮੰਤਰੀ ਜੀ ਨੇ ਉਹਨਾਂ ਨੂੰ ਪੂਰੇ ਜਵਾਬ ਦਿੱਤੇ ਆ, ਔਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹੋਏ ਆ। ਪਤਾ ਨਹੀਂ ਸੀ ਕਿ ਇਲੈਕਸ਼ਨਾਂ ਤੋਂ ਪਹਿਲਾਂ ਹੀ ਮਸਲੇ ਹੱਲ ਕਰ ਲੈਣੇ ਚਾਹੀਦੇ ਭਾਜਪਾ ਨੂੰ ਕਿਸਾਨਾਂ ਦੇ ਨਾਲ? ਦੇਖੋ ਇਹ ਪਾਰਟੀਆਂ ਦੇ ਡਿਸੀਜਨ ਹੁੰਦੇ ਆ, ਪਾਰਟੀਆਂ ਦੇ ਕੰਮ ਹੁੰਦੇ ਆ, ਇਲੈਕਸ਼ਨ ਆ ਜਾਂਦੀ ਆ ਵਿੱਚ, ਤੇ ਇਲੈਕਸ਼ਨ ਰੋਕੀ ਤਾਂ ਜਾਣੀ ਨਹੀਂ ਹੈ, ਇਲੈਕਸ਼ਨ ਤਾਂ ਹੋਣੀ ਹੋਣੀ ਆ, ਫੈਸਲੇ ਵੀ ਹੋ ਜਾਣੇ ਆ, ਸਾਰਾ ਕੁਝ ਠੀਕ ਹੋਵੇਗਾ। ਸਵਾਲ ਜਵਾਬ ਕੀ ਸਾਰਥਕ ਹੋਣੇ? ਕੁਛ ਵੀ ਨਹੀਂ, ਇਹਨਾਂ ਨੂੰ ਅਕਲ ਆਉਣੀ ਨਹੀਂ ਆ। ਆ ਜਿਹੜੇ ਲੋਕ ਬੁਲਾਉਣ ਡਏ ਆ ਅੱਜ, ਲਾਡੀ ਵਰਗੇ, ਦੂਜੇ ਤੀਜੇ, ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਵੀ ਅਸੀਂ ਇੱਥੇ ਬੁਲਾ ਕੇ ਕੀ ਕਰਾਂਗੇ, 40 ਬੰਦੇ ਨੇ ਉੱਥੇ ਉਹਨਾਂ ਦੇ ਬੈਠੇ ਜਿੱਥੇ ਉਹਨਾਂ ਬੁਲਾਇਆ ਵਾ, ਇੱਥੇ 1000 ਬੰਦਾ ਉਹਨਾਂ ਦਾ ਵਿਰੋਧ ਕਰਨ ਲਈ ਖੜਾ ਵਾ, ਇਹ ਲੋਕਾਂ ਨੂੰ ਕਿਉਂ ਨਹੀਂ ਅਕਲ ਆਉਂਦੀ? ਨਹੀਂ ਵਿਰੋਧ ਤਾਂ ਚੰਗੀ ਤਰ੍ਹਾਂ ਹੋ ਗਿਆ, ਪਰ ਵਿਰੋਧ ਗੱਲ ਇਹ ਆ ਕਿ ਇਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ? ਮੈਨੂੰ ਤਾਂ ਆਪਣਿਆਂ 'ਤੇ ਗੁੱਸਾ ਜ਼ਿਆਦਾ ਆਉਂਦਾ ਵਾ, ਜਿਹੜੇ ਇਹ ਲੋਕ ਇਹਨਾਂ ਨੂੰ ਬੁਲਾਉਂਦੇ ਆ, ਕੀ ਗੱਲ, ਉਹ ਜਿੱਦਣ ਇਹਨਾਂ 'ਤੇ ਡਾਂਗਾਂ ਵੱਜੀਆਂ ਉੱਧਰ ਹੀ ਹਟਣਗੇ ਇਹ ਲੋਕ। ਇਹਨਾਂ ਨੂੰ ਅਕਲ ਆਉਣੀ ਬਹੁਤ ਜ਼ਰੂਰੀ ਆ, ਕਿਉਂਕਿ ਐਡਾ ਵੱਡਾ ਵਿਰੋਧ ਵੇਖ ਕੇ ਹਜ਼ਾਰਾਂ ਲੋਕ ਆ ਜਿੱਥੇ ਖੜ੍ਹੇ ਰਹੇ, ਔਰ ਕਿੰਨਾ ਚਿਰ ਖੜ੍ਹੇ ਰਹੇ ਧੁੱਪ 'ਚ, ਤੁਸੀਂ ਵੀ ਨਾਲ ਹੀ ਰਹੇ ਜੇ, ਦੇਖੋ ਕਦੋਂ ਦੇ ਕਿੰਨੇ ਘੰਟੇ ਹੋ ਗਏ ਧੁੱਪ 'ਚ ਖੜ੍ਹੇ ਹਾਂ ਇਹਨਾਂ ਦਾ ਵਿਰੋਧ ਕਰਨ ਲਈ। ਔਰ ਚਲੋ ਰੋਕਿਆ ਉਹਨਾਂ ਨੂੰ, ਰੋਕ ਕੇ ਉਹਨਾਂ ਦਾ ਪੂਰੇ ਸਵਾਲ ਕੀਤੇ ਆ, ਪਰ ਸਵਾਲਾਂ ਦਾ ਉਹਨਾਂ ਕੋਲ ਜਵਾਬ ਹੀ ਕੋਈ ਨਹੀਂ ਆ। ਜਵਾਬ ਕੀ ਦੇਣ, ਜਵਾਬ ਜੇ ਉਹ ਕਹਿੰਦੇ ਮੈਮੋਰੈਂਡਮ ਦੇ ਦਿਉ, ਮੈਮੋਰੈਂਡਮ 'ਤੇ ਪਾ ਤੇਰੀ ਸਰਕਾਰ ਬਣੇ ਕਿਤੇ ਦੇਵਾਂਗੇ, ਜਦੋਂ ਸਰਕਾਰ ਨਹੀਂ ਤੇਰੀ ਬਣਨੀ, ਮੈਮੋਰੈਂਡਮ ਕੀ ਦੇਵਾਂਗੇ ਤੁਹਾਨੂੰ? ਅਸੀਂ ਨਹੀਂ ਆਏ, ਕੰਮ ਕਿੱਥੋਂ ਆਏ ਆ? ਸਰਕਾਰ ਇਹਨਾਂ ਦੀ ਜੇ ਰਹੀ ਤਾਂ ਫਿਰ ਵੀ ਨਹੀਂ ਆਉਣੇ, ਤਾਂ ਹੀ ਤਾਂ ਇਹਨਾਂ ਨੂੰ ਹਰਾਉਣਾ ਸੀ। ਬਿਲਕੁਲ ਨਹੀਂ, ਉਹਨਾਂ ਨੇ ਉਹਨਾਂ ਕੋਲ ਜਵਾਬ ਦਿੱਤਾ ਹੀ ਕੋਈ ਨਹੀਂ ਗਿਆ, ਕਿਉਂਕਿ ਇਹਨਾਂ ਕੋਲ ਜਵਾਬ ਹੈ ਹੀ ਕੋਈ ਨਹੀਂ। ਧਰਮਪਤਨੀ ਦੀ ਛੱਡੋ ਗੱਲ, ਜਿਹੜੇ ਇਹ ਸੋਮ ਪ੍ਰਕਾਸ਼ ਜੀ ਆ, ਮੈਂ ਤਾਂ ਇਹਨਾਂ ਨਾਲ ਵੀ 11 ਮੀਟਿੰਗਾਂ ਬਿਠਾ ਰਿਹਾ, ਇੱਕ ਵਾਰੀ ਕਦੀ ਇਹਨਾਂ ਨੇ ਲਫ਼ਜ਼ ਨਹੀਂ ਉੱਥੇ ਕਿਸਾਨਾਂ ਦੇ ਹੱਕ 'ਚ ਬੋਲਿਆ, ਸਿਰਫ ਬਹਿ ਕੇ ਤਾਂ ਚੱਲ ਜਾਂਦੇ ਹੁੰਦੇ ਸੀ, ਕੋਈ ਇਹਨਾਂ ਕੋਲ ਜਵਾਬ ਨਹੀਂ ਗਾ, ਸਿਰਫ ਝੂਠੇ ਪਲੰਦੇ ਆ ਜੋ
ਪਿੱਛੇ ਸਰਕਾਰ ਨੇ 10 ਸਾਲ ਝੂਠ ਬੋਲਿਆ ਲੋਕਾਂ ਨੂੰ, ਉਹਦੇ ਸਿਰ 'ਤੇ ਉਹਨਾਂ ਰਾਜ ਕਰ ਲਿਆ, ਬੜਾ ਕੁਛ ਝੂਠ ਬੋਲਿਆ ਇਹਨਾਂ ਨੇ। ਕਿਸਾਨਾਂ ਨੂੰ ਵੱਡੇ ਵੱਡੇ ਲੋਲੀਪੋਪ ਦਿੱਤੇ ਵੀ ਤੁਹਾਡੇ ਕਰਜ਼ੇ ਵੀ ਮਾਫ਼, ਤੁਹਾਨੂੰ ਸਵਾਮੀਨਾਥ ਦੀ ਰਿਪੋਰਟ, ਤੁਹਾਡੀ ਆਮਦਨ ਡਬਲ, ਤੁਹਾਨੂੰ ਕਰ ਸਾਰਾ 2 ਕਰੋੜ ਨੌਕਰੀਆਂ, 15-15 ਲੱਖ ਰੁਪਈਆ, ਬਹੁਤ ਝੂਠ ਬੋਲਿਆ ਇਹਨਾਂ ਨੇ। ਉਹ ਸਾਰੀਆਂ ਝੂਠ ਦੇ ਪਲੰਦੇ ਇੱਥੇ ਕੋਈ ਵੀ ਇੱਕ ਜਵਾਬ ਨਹੀਂ ਆਇਆ। 15-20 ਮਿੰਟ ਖਲੋ ਕੇ ਉਹਨਾਂ ਹੱਥ ਜੋੜ ਕੇ ਆਪਣੀ ਜਾਨ ਛੁਡਾਈ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।